ਬੀਤੇ ਦਿਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ, ਕਾਰ ਸੇਵਾ ਗੁਰੂ ਕੇ ਬਾਗ ਵਾਲੇ ਅਤੇ ਸੰਤ ਬਾਬਾ ਲੱਖਾ ਸਿੰਘ ਜੀ, ਦੋਵਾਂ ਮਹਾਂਪੁਰਖਾਂ ਦੀ ਬਰਸੀ ਬੀਤੇ ਦਿਨੀ ਬੜੀ ਹੀ ਸ਼ਰਧਾ ਨਾਲ ਮਨਾਏ ਗਏ। ਇਸ ਮੌਕੇ ਦੂਰੋਂ ਦੂਰੋਂ ਸੰਗਤਾਂ ਪੁੱਜੀਆਂ, ਜਿਨ੍ਹਾਂ ਨੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ, ਜੋ ਕਿ ਸੰਗਤਾਂ ਨੇ ਬੜੇ ਪਿਆਰ ਨਾਲ ਛਕਿਆ। ਸਾਡੀ ਟੀਮ ਨੇ ਇਸ ਦਾ ਦੌਰਾ ਕੀਤਾ। ਪੇਸ਼ ਹੈ ਇੱਕ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਸਮਾਗਮ ਹੈ, ਸੰਤ ਬਾਬਾ ਹਜ਼ਾਰਾ ਸਿੰਘ ਜੀ, ਕਾਰ ਸੇਵਾ ਗੁਰੂ ਕੇ ਬਾਗ ਵਾਲੇ, ਸੰਤ ਬਾਬਾ ਲੱਖਾ ਸਿੰਘ ਜੀ, ਇਹਨਾਂ ਦੋਵਾਂ ਮਹਾਂਪੁਰਖਾਂ ਦੀ ਬਰਸੀ ਮਨਾਈ ਜਾ ਰਹੀ ਹੈ। ਇਹਨਾਂ ਦੋਵਾਂ ਮਹਾਂਪੁਰਸ਼ਾਂ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਤੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਇਸ ਅਸਥਾਨ ਨੂੰ ਬਹੁਤ ਹੀ ਸੁੰਦਰ ਇਮਾਰਤਾਂ ਦੇ ਕੇ ਸੰਗਤਾਂ ਦੇ ਸਪੁਰਦ ਕੀਤੀਆਂ ਸਨ ਔਰ ਗੁਰੂ ਘਰ ਨੂੰ ਬਹੁਤ ਸੁੰਦਰ ਦਿੱਖ ਦਿੱਤੀ। ਗੁਰੂ ਕੀਆਂ ਸੰਗਤਾਂ ਦੇ ਘਰਾਂ ਵਿੱਚੋਂ 3 ਫੁੱਲ ਲਿਆ ਕੇ ਇਹਨਾਂ ਮਹਾਂਪੁਰਸ਼ਾਂ ਨੇ ਟੋਕਰੀ ਦੀ ਕਾਰ ਸੇਵਾ ਕਮਾ ਕੇ ਇਸ ਸਥਾਨ ਨੂੰ ਬਹੁਤ ਹੀ ਸੁੰਦਰ ਬਣਾਇਆ। ਇਹਨਾਂ ਵਿੱਚੋਂ ਹੀ ਸੰਤ ਬਾਬਾ ਬੋਟ ਸਿੰਘ ਜੀ, ਜੋ ਬਿਲਕੁਲ ਮੇਰੇ ਨਾਲ ਖੜ੍ਹੇ ਨੇ, ਇਹਨਾਂ ਨੇ ਇਸ ਸਥਾਨ 'ਤੇ ਤਨ ਮਨ ਧਨ ਨਾਲ ਸੇਵਾ ਕੀਤੀ ਔਰ ਕਰ ਰਹੇ ਨੇ। ਜੋ ਸਾਹਮਣੇ ਗੁਰਦੁਆਰਾ ਸਾਹਿਬ ਦੀ ਸੁੰਦਰ ਸਰਾਂ ਹੈ, ਇਹਨਾਂ ਨੇ ਆਪਣੀ ਨੇਕ ਕਿਰਤ ਕਮਾਈ ਵਿੱਚੋਂ ਸੇਵਾ ਕਰਕੇ ਇਹ ਤਿਆਰ ਕਰਵਾਈ ਹੈ ਔਰ ਹਰ ਮੱਸਿਆ 'ਤੇ ਇਹ ਬਾਬਾ ਜੀ ਇਸ ਸਥਾਨ 'ਤੇ ਸੰਗਤਾਂ ਦੀ ਚਾਹ ਔਰ ਚੌਲ ਛਕਾ ਕੇ ਸੰਗਤਾਂ ਦੀ ਸੇਵਾ ਕਰਦੇ ਨੇ। ਸਾਰੀਆਂ ਸੰਗਤਾਂ ਇਸ ਸਥਾਨ 'ਤੇ ਹਰ ਮੱਸਿਆ ਦੇ ਦਿਹਾੜੇ 'ਤੇ ਨਤਮਸਤਕ ਹੋ ਕੇ ਆਪਣਾ ਜੀਵਨ ਸਫਲ ਕਰਦੀਆਂ ਨੇ। ਗੁਰੂ ਘਰ 'ਚੋਂ ਆਣ ਕੇ ਜੋ ਵੀ ਸੰਗਤ ਦੀ ਮਨੋ ਦੀ ਕਮਨੋ ਕਾਮਨਾ ਹੈ, ਇੱਥੇ ਆਣ ਕੇ ਸੰਗਤ ਜਿਹੜੀ ਹੈ ਪੂਰੀ ਕਰਦੀ ਹੈ। ਅੱਜ ਦੇ ਸਮਾਗਮ ਦੇ ਵਿੱਚ ਸਾਰੀਆਂ ਕਾਰ ਸੇਵਾ ਵਾਲਿਆਂ ਦੇ ਸੰਪਰਦਾ, ਜਿਵੇਂ ਸੰਤ ਬਾਬਾ ਸੇਵਾ ਸਿੰਘ ਜੀ ਖੰਡੂਰ ਸਾਹਿਬ ਵਾਲੇ, ਸੰਤ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ, ਸੰਤ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ ਅਤੇ ਹੋਰ ਵੀ ਜਿੰਨੀਆਂ ਵੀ ਕਾਰ ਸੇਵਾ ਚੱਲ ਰਹੀਆਂ ਨੇ, ਸਾਰੇ ਸੰਤ ਮਹਾਂਪੁਰਸ਼ ਇਸ ਸਥਾਨ 'ਤੇ ਨਤਮਸਤਕ ਹੋਣ ਵਾਸਤੇ ਪਹੁੰਚ ਰਹੇ ਨੇ। ਇੱਥੇ ਗੁਰੂ ਅਰਜਨ ਦੇਵ ਜੀ ਆਏ, ਉਹਨਾਂ ਰਾਜੇ ਹਰੀ ਸਿੰਘ ਦੀ 84 ਕੱਟੀ, ਅੰਮ੍ਰਿਤਸਰ ਸੇਵਾ ਕਰ ਰਹੇ ਸੀ ਅਤੇ ਉੱਥੇ ਵਾਕ ਆਇਆ, ਲੇਖ ਨਾ ਮਿਟੇ ਸਕੀ ਜੋ ਲਿਖਿਆ ਕਰਤਾਰ, ਅਤੇ ਰਾਜਾ ਦੋ ਚਿੱਤਾ ਹੋ ਗਏ ਅਤੇ ਵਾਪਸ ਮੁੜਨ ਲੱਗਾ। ਗੁਰੂ ਅਰਜਨ ਦੇਵ ਜੀ ਉਹਨਾਂ ਨੂੰ ਸ਼ਿਕਾਰ ਦੇ ਬਹਾਨੇ ਇੱਥੇ ਗੁਰੂ ਅਰਜਨ ਦੇਵ ਜੀ ਲਿਆਏ। ਲਵਾਰਕੇ ਤੋਂ ਹਰਨ ਨਿਕਲਿਆ, ਉੱਥੇ ਆਣ ਕੇ ਸ਼ੁਕਰ ਹੋ ਗਿਆ। ਇੱਥੇ ਆਣ ਕੇ ਫਿਰ ਗੁਰੂ ਦੇ ਕੋਲ ਆਣ ਕੇ ਜਿਹੜੇ ਰਾਜਾ ਸੀ ਉਸ ਦੀ 84 ਕੱਟੀ। ਇਹ ਗੁਰੂ ਅਰਜਨ ਦੇਵ ਜੀ ਦੇ ਇੱਥੇ ਕੌਤਕ ਚਾ ਕੇ ਅਤੇ ਰਾਜਾ ਉਹਦੇ ਚਰਨੀ ਪੈ ਗਿਆ ਅਤੇ ਇਹ ਇਤਿਹਾਸ ਆ। ਉੱਥੇ ਨੇ ਛੋਟੀ ਜਾਤੀ ਦੇ ਵਿੱਚ ਰਾਜੇ ਨੇ ਜਨਮ ਲੈਣਾ ਸੀ, ਜਿਹੜਾ ਕਿ ਉਹਦੇ ਨਾਲ ਸ਼ਕਲ ਦਾ ਹੀ ਇੱਕ ਸਿੰਘ ਉਹ ਸ਼ਹੀਦ ਹੋਇਆ, ਆਪਣਾ ਮੌਤ ਹੋਈ ਸੀ ਅਤੇ ਉਹਦੇ ਪਰਿਵਾਰ ਨੇ ਰਾਜਾ ਉਹਨੂੰ ਰਾਜੇ ਨੂੰ ਘੇਰ ਕੇ ਅਤੇ ਗੁਰੂ ਅਰਜਨ ਦੇਵ ਜੀ ਕੋਲ ਲਿਆਂਦਾ ਵੀ ਇਹ ਸਾਡਾ ਬੰਦਾ। ਉਹ ਗੁਰੂ ਅਰਜਨ ਦੇਵ ਜੀ ਨੇ ਦੱਸਿਆ ਵੀ ਤੂੰ ਸੰਗਤ ਕੀਤੀ ਸਾਡੀ ਅਤੇ ਇਹ ਤੇਰੀ 84 ਕੱਟੀ ਗਈ, ਤੂੰ ਨਹੀਂ ਸੰਗਤ ਕਰ ਦੋ ਅਤੇ ਤੇਰਾ ਇਹ ਅਗਾਂਹ ਅਗਲੇ ਬੰਨੇ ਤੋਂ ਛੋਟੀ ਜਾਤੀ ਦੇ ਵਿੱਚ ਜਨਮ ਲੈਣਾ ਸੀ। ਇੱਥੇ ਤਕਰੀਬਨ ਉਹਨਾਂ ਦੀ ਸਾਰੇ ਇੰਡੀਆ ਦੇ ਵਿੱਚ ਹੀ, ਪਾਕਿਸਤਾਨ ਦੇ ਵਿੱਚ ਚੂਨਾ ਮੰਡੀ ਅਤੇ ਇੱਥੇ ਆਪਣੇ ਗੁਰੂ ਕਾ ਬਾਗ, ਮਾਧੋ ਕੇ ਬਰਾੜ, ਹੋਰ ਕਾਫੀ ਗੁਰਦੁਆਰੇ ਨੇ ਜਿੱਥੇ ਸੇਵਾ ਨਿਭਾ ਰਹੇ ਨੇ। ਸੰਤ ਬਾਬਾ ਜੀ ਹਰਾ ਸਿੰਘ ਸਾਨੂੰ 1977 ਤੋਂ ਸੇਵਾ ਲਾਏ ਸੀ। ਉਦੋਂ ਬਾਅਦ ਬਾਬਾ ਜੀ ਹਰਾ ਹੁਣ ਸ੍ਰੀ ਸਾਦਰੇ 1990, ਉਹਦੇ ਬਾਅਦ ਅਸੀਂ ਸੇਵਾ ਕਰਦੇ ਇੱਥੇ। ਅਤੇ ਕਿਹੜੇ ਕਿਹੜੇ ਸਥਾਨਾਂ 'ਤੇ ਕਾਰ ਸੇਵਾ ਕੀਤੀ ਜਾ ਰਹੀ ਹੈ? ਗੁਰਦੁਆਰਾ ਬੋਟੋਬਾਰ, ਲੁਹਾਰਟਾ, ਮੱਖਣ ਮਿੰਦੀ, ਰੇਰੂ ਸਾਹਿਬ, ਬਰਾੜ, ਭਿੰਦੀਆਂ, ਸੌਰੀਆਂ, ਵੈਰੋਡੇ, ਨਨਕਾਣਾ ਸਾਹਿਬ, ਪਾਕਿਸਤਾਨ, ਹੋਰ ਗੁਰਧਾਮਾਂ ਦੀ ਸੇਵਾ ਚੱਲਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਹਜ਼ਾਰਾ ਸਿੰਘ ਜੀ ਮਹਾਂਪੁਰਖ, ਜਿਨ੍ਹਾਂ ਨੇ ਆਪਣਾ ਜੀਵਨ ਦਾ ਜਿਹੜਾ ਸਾਰਾ ਹਿੱਸਾ ਗੁਰਧਾਮਾਂ ਦੀ ਸੇਵਾ ਦੇ ਵਿੱਚ ਹੀ ਗੁਜ਼ਾਰਿਆ। ਅੱਜ ਲੱਖਾਂ ਸੰਗਤਾਂ ਉਹਨਾਂ ਦੇ
ਅਸਥਾਨ 'ਤੇ ਆਣ ਕੇ ਗੁਰੂ ਸਾਹਿਬਾਂ ਦੇ ਅਸਥਾਨ 'ਤੇ, ਗੁਰੂ ਅਰਜਨ ਦੇਵ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅਸਥਾਨ 'ਤੇ ਨਤਮਸਤਕ ਹੋ ਰਹੀਆਂ ਹਨ। ਅਸੀਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਅਤੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ੍ਰਹਮ ਗਿਆਨੀ ਕਾ ਸਗਲ ਅਪਾਰ, ਬ੍ਰਹਮ ਗਿਆਨੀ ਕਾ ਆਪ ਨਿਰੰਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਸਦ ਜੀਵੈ, ਬ੍ਰਹਮ ਗਿਆਨੀ ਸਦ ਜੀਵੈ, ਨਹੀਂ ਮਰਦਾ ਨਹੀਂ ਮਰਦਾ, ਬ੍ਰਹਮ ਗਿਆਨੀ ਸਦ ਜੀਵੈ, ਨਹੀਂ ਮਰਦਾ ਨਹੀਂ ਮਰਦਾ, ਨਹੀਂ ਮਰਦਾ ਜੀਵੈ। ਬ੍ਰਹਮ ਗਿਆਨੀ ਸਭ, ਇਹ ਗੱਲ ਵੱਖਰੀ ਹੈ ਕਿ ਸਾਹਿਬ ਕਹਿੰਦੇ ਨੇ ਜੋ ਜਨਮੈ ਸੋ ਜਾਣੋ ਮੂਆ, ਗੋਬਿੰਦ ਭਗਤ ਅਸਥਿਰ ਹੈ ਥੀ। ਮੈਂ ਨਾ ਮਰੋ ਮਰਬੋ ਸੰਸਾਰ, ਇਹਨਾਂ ਕੂਕਰਾਂ ਦੀ ਜੋ ਹੁਕਮ ਹੋਇਆ ਵੀਰ ਸ਼ਮਸ਼ੇਰ ਸਿੰਘ ਜੀ ਮਹਾਂਪੁਰਸ਼ਾਂ ਦੇ ਹੁਕਮ ਅਨੁਸਾਰ ਹਾਜ਼ਰੀ ਭਰੀ ਹੈ, ਇੰਨੀ ਕੁ ਹਾਜ਼ਰੀ ਦਾਸਾਂ ਦੀ ਪਵਿੱਤਰ ਸਾਹਿਬ ਆਪ ਜੀ ਨੂੰ ਦਰਸਾ ਰਹੇ ਹਨ। ਪਿਆਰ ਸਹਿ ਸਾਰੇ ਮਿਲ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿੱਚ ਜਾਂ ਤਾਂ ਵਾਹਿਗੁਰੂ ਦੀ ਸਿਫਤ ਆ ਅਤੇ ਜਾਂ ਉਹਦੇ ਪਿਆਰਿਆਂ ਦੀ ਸਿਫਤ ਆ। ਜੋ ਅਨੇਕਾਂ ਥਾਂ 'ਤੇ ਪ੍ਰਚਾਰ ਕੀਤਾ, ਉਹਨਾਂ ਨੂੰ ਗੁਰਬਾਈ ਗੁਣਮਾਰੀ ਸੁਣਾਈਆਂ, ਲੋਰੀਆਂ ਲਈਆਂ ਉਹਨਾਂ ਦੇ ਕੋਲੋਂ, ਲੋਰੀਆਂ ਨਾਲ ਹੀ ਇਹ ਵਿਦਵਾਨ ਬਣੇ ਨੇ। ਸੋ ਆ ਉਹਨਾਂ ਦੇ ਕੋਲੋਂ 5 ਮਿੰਟ ਗੁਰਬਾਣੀ ਦਾ ਖਜ਼ਾਨਾ ਹੈ ਜੋ ਉਹਨਾਂ ਨੇ ਲਿਆ ਆਪਣੇ ਵਿਦਵਾਨਾਂ ਕੋਲੋਂ, ਮਹਾਂਪੁਰਸ਼ਾਂ ਦੇ ਕੋਲੋਂ। 5 ਕਥਾ ਵਾਚ ਭਾਈ ਧਰਮਵੀਰ ਸਿੰਘ ਜੀ ਹਾਜ਼ਰੀ ਭਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜੋ ਕਾਲ ਕਿਰਪਾ ਕਰਾਇ, ਕਹਾਂ ਬੁੱਧ ਪ੍ਰਭ ਤੁ ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਤੁਮੈ ਬਨ ਆਈ, ਨਹਿ ਜਾਤ ਬਤਾਈ, ਤੁਮਰੀ ਕਿਰਿਆ ਕਹਾਂ ਕੋ ਕਹੈ, ਸਿਆ ਤੇ ਜੇ ਕੋਈ ਬੰਦਾ ਫੌਜੀ ਵਾਲੇ ਲੀੜੇ ਪਾ ਲਏ, ਲਿਬਾਸ ਪਾ ਲਏ ਕੱਪੜੇ ਤੇ, ਫੌਜ ਦਾ ਅਫੀਸਰ ਤੇ ਨਹੀਂ ਨਾ ਹੋ ਸਕਦਾ। ਜਾਂ ਆਪਣੀ ਗੱਲ ਨੂੰ ਸੰਕੋਚਾਂ ਕਿ ਕੋਈ ਬੰਦਾ ਰਾਜੇ ਵਾਲਾ ਲਿਬਾਸ ਪਾ ਲਏ, ਵਡਿਆਈ ਦਾ ਮਹਿਮਾ ਦਾ ਉਦੋਂ ਪਤਾ ਲੱਗਦਾ ਜਿਸ ਵੇਲੇ ਪਾਇਆ ਪਿਤਾ ਨੂੰ ਵੇਖ ਕੇ
ਤੱਕ ਲੈ ਜਾਣ, ਇੱਥੇ ਆਣ ਕੇ ਉਹ ਗੁਣ ਸਿੱਖਣੇ ਆ ਜਿਹੜੇ ਗੁਣ ਤੈਨੂੰ ਰੱਬ ਤੱਕ ਲੈ ਜਾਣ। ਅਤੇ ਇੱਕ ਗੱਲ ਆਖਾਂ, ਜਿਨ੍ਹਾਂ ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾ ਰਹੇ ਜਾਣ, ਉਹਨਾਂ ਵਿੱਚ ਉਹ ਰੱਬ ਵਾਲੇ ਗੁਣ ਹੈਗੇ ਸੀ, ਉਹਨਾਂ ਵਿੱਚ ਉਹ ਰੱਬ ਵਾਲੇ ਗੁਣ ਹੈਗੇ ਸੀ। ਅਤੇ ਜਿਨ੍ਹਾਂ 'ਚ ਰੱਬ ਵਾਲੇ ਗੁਣ ਆ ਉਹ ਫਿਰ ਰੱਬ ਦਾ ਪਿਆਰਾ। ਹੁਣ ਬੇਨਤੀ ਸੁਣਿਓ, ਜਿਹਦੇ ਵਿੱਚ ਰੱਬ ਵਾਲੇ ਗੁਣ ਆ, ਰੱਬ ਉਹਨੂੰ ਪਿਆਰ ਕਰਦਾ। ਅਤੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇੱਕ ਬਚਨ ਪੜ੍ਹਿਆ, ਜਿਹੜਾ ਰੱਬ ਦਾ ਪਿਆਰਾ ਉਹ ਸਾਰੀ ਦੀ ਸਾਰੀ ਦੁਨੀਆ ਦਾ ਵੀ ਪਿਆਰਾ। ਮੇਰੇ ਦਾਤਾ ਜੀ ਬਾਣੀ 'ਚ ਫਰਮਾਉਂਦੇ, ਕਹਿੰਦੇ ਜੋ ਹਰ ਕਾ ਪਿਆਰਾ ਸੋ ਆਖੋ ਸਤਨਾਮ ਸ਼੍ਰੀ। ਬਾਬਾ ਹਜ਼ਾਰਾ ਸਿੰਘ ਹਰੀ ਮਹਾਂਪੁਰਸ਼, ਬਾਬਾ ਲੱਖਾ ਸਿੰਘ ਜੀ, ਉਹਨਾਂ ਦੀ ਯਾਦ 'ਚ ਬੈਠੇ ਜਾਣ। ਅਤੇ ਮੇਰੇ ਸਤਿਗੁਰੂ ਗੁਰੂ ਰਾਮਦਾਸ ਦਾਤਾ ਜੀ ਨਾਲ ਪਤਾ ਕੀ ਕਹਿੰਦੇ, ਕਹਿਣ ਲੱਗੇ ਜਿਹੜਾ ਗੁਰੂ ਕੀ ਆਗਿਆ ਵਿੱਚ ਆ ਗਿਆ, ਹੁਕਮ 'ਚ ਆ ਗਿਆ ਵਾ, ਓ ਸਦਾ ਨਮਸਕਾਰੀ। ਜੋ ਕਿੰਨਾ ਚਿਰ ਕਹਿੰਦੇ ਮੈਂ ਉਹਨੂੰ ਨਮਸਕਾਰ ਕਰਾਂ, ਜ਼ਿੰਦਗੀ 'ਚ ਇੱਕ ਵਾਰੀ ਉਹਨੂੰ ਮੱਥਾ ਟੇਕਾਂ, ਉਹਨੂੰ ਦੋ ਵਾਰੀ ਨਮਸਕਾਰ ਕਰਾਂ, ਚਾਰ ਵਾਰੀ, ਕਹਿੰਦੇ ਨਾ। ਤਿਸ ਗੁਰ ਸਿੱਖ ਕੋ ਸਦਾ ਨਮਸਕਾਰੀ। ਸਦਾ ਦਾ ਅਰਥ ਕੀ ਕਰੋਗੇ, ਗੁਰ ਕੇ ਭਾਣੇ ਗੁਰਸਿੱਖ ਚੱਲਿਆ। ਇਹ ਵੀ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਬੋਲ ਜੇ, ਜਨ ਨਾਨਕ ਧੂੜ ਮੰਗੇ। ਆਖੋ ਸਤਨਾਮ। ਬਾਬਾ ਗੁਰਭੇਜ ਸਿੰਘ ਡੰਡੇ ਵਾਲੇ ਮੁੱਖ ਬੁਲਾਰੇ ਸੰਤ ਸਮਾਜ ਤੋਂ ਵੀ ਪੁੱਜੇ ਨੇ, ਹੋਰ ਵੀ ਮਹਾਂਪੁਰਸ਼ ਆਏ ਨੇ, ਸਭ ਦਾ ਧੰਨਵਾਦ। ਸੰਗਤ ਨੂੰ ਬੇਨਤੀ ਆ, ਜੇ ਉੱਠੋ ਨਾ, ਅਜੇ ਦੋ ਜਥੇ ਨੇ ਕੁਸ਼ਰ ਢਾਡੀ ਜਿਨ੍ਹਾਂ ਨੇ ਆਪਦੀ ਸੇਵਾ ਕਰਨੀ, ਹੁਣ ਆਪਦੇ ਸਨਮੁੱਖ, ਕਿਉਂਕਿ ਸਮਾਂ ਕੁਝ ਲੇਟ ਹੋ ਗਏ, ਅਸੀਂ ਸਵੇਰੇ ਵਰਖਾ ਹੋਣ ਕਰਕੇ ਅਦਲਾ ਬਦਲੀ ਹੋਣੀ ਪਈ, ਤਾਂ ਕਰਕੇ ਸਮਾਂ ਨਜ਼ਦੀਕ ਗੁਰ ਸਾਹਿਬ ਗੁਰਦੁਆਰਾ ਧਾਰੀ ਵਾਲ ਉਹਦੇ ਲਾਗੋਂ ਬੱਚੇ ਆਏ ਨੇ। ਅਕਬਾਲ ਆਜਣ ਹੜ ਖਿਆਲਾਂ ਦੇ ਜੋ ਵੈਣ ਸਮੁੰਦਰੀ ਛੱਲਾਂ ਦਾ, ਬੈਠਣ ਲਈ ਕਾਵ ਪ੍ਰੇਮੀ ਦੇ ਖਿਆਲਾਂ ਦਾ ਫਰਸ਼ ਵਿਛਾਉਣਾ, ਮਹਿਫਲ ਰੰਗ ਬਰੰਗ ਵਿਚਾਰਾਂ ਦੇ ਜੀ ਕਾ